ਤੇ ਕਿ ਸਮਾਂ ਪੂਰਾ ਹੋ ਗਿਆ ਸੋ ਸਾਡਾ ਬਹੁਤ ਪਿਆਰਾ ਵੀਰ ਇੱਕ ਵਾਰ ਖੁੱਲ ਕੇ ਤਾੜੀ ਜਾਸਰ ਹੁਸੈਨ ਦੇ ਨਾਮ ਕਲਾਕਾਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਜਿੰਨੀ ਕੁ ਮੇਰੀ ਸੂਝ ਬੂਝ ਹੈ ਗੀਤ ਕਿਸੇ ਦੇ ਵਿਚਾਰ ਚੱਲ ਸਕਦੇ ਸਮਾਂ ਸਮਾਂ ਵੱਡਾ ਕਲਾਕਾਰ ਕੋਈ ਵੱਡਾ ਨਹੀਂ ਮੇਰਾ 38 ਸਾਲ ਦੀ ਉਮਰ ਹੋ ਗਈ ਅਤੇ 2002 'ਚ ਮੈਂ ਗ੍ਰੈਜੂਏਸ਼ਨ ਸਟਾਰਟ ਕੀਤੀ ਸੀ ਮੈਂ ਪਿਛਲੇ 18 ਕੁ ਸਾਲਾਂ 'ਚ ਇਹ ਤਜਰਬਾ ਲਿਆ ਕਿ ਕਲਾਕਾਰ ਕੋਈ ਵੱਡਾ ਨਹੀਂ ਚਾਰ ਗੀਤ ਅੱਜ ਚੱਲ ਜਾਣ ਕੱਲ੍ਹ ਚੱਲ ਜਾਣ ਇਹ ਹਵਾ ਹੈ ਪਰ ਸਮਾਂ ਬਾਬਾ ਜੀ ਸਮਾਂ ਬਲਬਾਨ ਹੈ ਉਹ ਬੰਦੇ ਜਿਨ੍ਹਾਂ ਦੇ ਕਦੇ ਦਿੱਗਜ ਵੱਜਦੇ ਸੀ ਅੱਜ ਨਹੀਂ ਸੁਣਦੇ ਅੱਜ ਟ੍ਰੈਂਡ ਕੁਛ ਨੌਜਵਾਨੀ ਦਾ ਹੋਰ ਹੈ ਉਹ ਬੰਦੇ ਜਿਨ੍ਹਾਂ ਦੀ ਵੋਕਲ ਲੈਣ ਲਈ ਲੋਕ 2-2 ਲੱਖ ਰੁਪਇਆ ਦਿੰਦੇ ਸੀ ਅੱਜ ਨਹੀਂ ਕੋਈ ਪੁੱਛ ਰਿਹਾ ਗੱਲ ਹੋਰ ਹੈ ਸਮਾਂ ਵੱਡਾ ਸੋ ਸਾਡਾ ਬਹੁਤ ਪਿਆਰਾ ਵੀਰ ਹੈ ਕਲਾਕਾਰ ਉਹੀ ਵੱਡਾ ਜਿੱਦਾਂ ਵਾਲੀਏ ਵੀਰ ਨੇ ਕਿਹਾ ਜਿਹੜੇ ਅੰਦਰੋਂ ਵੱਡੇ ਹੋਣ ਅਸੀਂ ਬਹੁਤ ਇੱਦਾਂ ਦੇਖਿਆ ਸਾਡੇ ਜੂਨੀਅਰ 4 ਗੀਤ ਚੱਲ ਗਏ ਉਹ ਮਿਲਣ ਵੀ ਇੱਦਾਂ ਵੀ ਜਾਣਦੇ ਹੀ ਨਹੀਂ ਆਪਾਂ ਕਦੇ ਮਿਲੇ ਨਹੀਂ ਉਦੋਂ ਕਿਤੇ ਨਾ ਕਿਤੇ ਚੋਟ ਲੱਗਦੀ ਪਰ ਕਈ ਵੀਰ ਇਸ ਤਰ੍ਹਾਂ ਦੇ ਆ ਬਹੁਤ ਮੈਂ ਇਕੱਠੇ ਮੈਨ ਵਾਲੇ ਮੈਨੂੰ ਅੱਜ ਵੀ ਯਾਦ ਹੈ ਰਾਜਵੀਰ ਜਵੰਦਾ ਅਸੀਂ 500 ਰੁਪਏ ਨੂੰ ਜਦੋਂ ਪਟਿਆਲਾ ਯੂਨੀਵਰਸਿਟੀ ਪੜ੍ਹਦੇ ਸੀ ਅਸੀਂ ਰਾਤ ਨੂੰ ਪਤਾ ਲੱਗ ਜਾਣਾ ਕਹਿੰਦਾ ਯਾਰ ਉਹਨਾਂ ਦੇ ਜਾਗੋ ਹੈ ਮੈਂ ਕਿੰਨੇ ਰੁਪਏ ਦਿੰਦੇ ਕਹਿੰਦਾ 1100 ਮੈਂ ਕਿਹਾ ਚੱਲ ਚੱਲੇ ਪਰ ਉਹ ਬੰਦੇ ਨੂੰ ਅੱਜ ਵੀ ਯਾਦ ਹੈ ਵਾਹਵਾ ਸਾਡੇ ਨਾਲ ਰਿਹਾ ਮਤਲਬ ਬਹੁਤ ਇਸ ਤਰ੍ਹਾਂ ਦੇ ਭਰਾ ਪਰ ਤੁਹਾਡਾ ਅਸਲ ਉਦੋਂ ਪਹਿਚਾਣ ਹੁੰਦਾ ਜਦੋਂ ਤੁਹਾਡੇ 'ਤੇ ਭਰ ਜਵਾਨੀ ਗਾਇਕੀ ਵਾਲੀ ਹੋਵੇ ਚਾਰ ਪੈਸੇ ਰੋਜ਼ ਵਧੀਆ ਗਿਰਦੇ ਹੋਣ ਗੱਡੀਆਂ ਕੋਠੀਆਂ ਬਣ ਜਾਣ ਫਿਰ ਤੁਸੀਂ ਅੰਦਰੋਂ ਕਿੱਥੇ ਕੁ ਖੜ੍ਹੇ ਹੈ ਫਿਰ ਬੋ ਜਿਹੜੀ ਹੋਮੇ ਵਾਲੀ ਇੱਦਾਂ ਮਾਰਦੀ ਫਨਕਾਰੇ ਕਿ ਮਾਲਕ ਦੀ ਕਿਰਪਾ ਹੈ ਦ੍ਰਿਸ਼ਟੀ ਹੈ ਇਹਨੂੰ ਬੰਦਾ ਮਿੱਟੀ ਸਮਝੇ ਵੀ ਇਹ ਢੇਰੀ ਹੈ ਇਸ ਕਰਕੇ ਜਿਹੜੇ ਮਿੱਟੀ ਨਾਲ ਮੈਂ ਪਹਿਲਾਂ ਵੀ ਗੱਲ ਕਿਹਾ ਸੀ ਮਿੱਟੀ ਨਾਲ ਮਿੱਟੀ ਉਹ ਭਾਵੇਂ ਸਰੀਰ ਦੀ ਹੈ ਭਾਵੇਂ ਰੂਹ ਦੀ ਹੈ ਜਿਹਨਾਂ ਦੀ ਜੁੜੀ ਰਹਿੰਦੀ ਮੇਰਾ ਬਹੁਤ ਪਿਆਰਾ ਵੀਰ ਹੈ ਮੈਂ ਇਹਨੂੰ ਬਹੁਤ ਪਿਆਰ ਕਰਦਾ ਸਤਿਕਾਰ ਕਰਦਾ ਜਾਸਰ ਹੁਸੈਨ ਨੂੰ ਸੋ ਦੋ ਟੱਪੇ ਆਪਾਂ ਕੋਈ ਵੀ ਤੁਸੀਂ ਕੋਈ ਰੰਗ ਲੈ ਲਓ ਮੈਂ ਇੱਕ ਅੱਧਾ ਕਿਸਾਨੀ ਦਾ ਗਾ ਦੇਣਾ ਤੁਸੀਂ ਫਕੀਰੀ ਦਾ ਬਾਬਾ ਜੀ ਵਾਲਾ ਗਾ ਲਿਓ ਠੀਕ ਹੈ ਹਾਂਜੀ ਮਾੜੇ ਲੀਡਰ ਠੱਗਦੇ ਆ ਮਾੜੇ ਲੀਡਰ ਠੱਗਦੇ ਆ ਆਪਣੇ ਹੱਕ ਮੰਗ ਲਏ ਆਪਣੇ ਹੱਕ ਮੰਗ ਲਏ ਓਏ ਅੱਤਵਾਦੀ ਲੱਗਦੇ ਆ ਆਪਣੇ ਹੱਕ ਮੰਗ ਲਏ ਅੱਤਵਾਦੀ ਲੱਗਦੇ ਆ ਦੀਵੇ ਬੁਝੇ ਅਰਮਾਨਾਂ ਦੇ ਦੀਵੇ ਬੁਝੇ ਅਰਮਾਨਾਂ ਦੇ ਦੀਵੇ ਬੁਝੇ ਅਰਮਾਨਾਂ ਦੇ ਇਹ ਰਾਜਧਾਨੀ ਕੀ ਜਾਣਦੀ ਰਾਜਧਾਨੀ ਕੀ ਜਾਣਦੀ ਓਏ ਕੀ ਦਰਦ ਕਿਸਾਨਾਂ ਦੇ ਰਾਜਧਾਨੀ ਕੀ ਜਾਣਦੀ ਕੀ ਦਰਦ ਕਿਸਾਨਾਂ ਦੇ ਆਣ ਦਿਓ ਕੋਈ ਆਣ ਦਿਓ ਆ ਜਾਓ ਆ ਜਾਓ ਆ ਜਾਓ ਇੰਨੇ ਇੰਨੇ ਸੁਰੀਲੇ ਬੈਠੇ ਆ ਨਹੀਂ ਨਹੀਂ ਸੁਰੀਲੇ ਨਹੀਂ ਉਹ ਮੇਰਾ ਭਰਾ ਬੈਠਾ ਮੁੰਡਾ ਕਿਆ ਬਾਤ ਸੁਣਿਆ ਅਸੀਂ ਗਾਉਣਾ ਕੀ ਆ ਲੇਕਿਨ ਕਹਿੰਦੇ ਨੇ ਜਿਹੜਾ ਘਰ ਦਾ ਬੰਦਾ ਹੁੰਦਾ ਨਾ ਲੂਣੀ ਮਿਸੀ ਦਾ ਪਿਆਲ ਹੁੰਦਾ ਸਾਜੀ ਲੱਗਣੇ ਨੇ ਤਾਂ ਕਰਕੇ ਅਸੀਂ ਕਹਿੰਦੇ ਪਹਿਲਾਂ ਸੀ ਪਰੋਣੇ ਆਉਂਦੇ ਪਹਿਲਾਂ ਜਦੋਂ ਪਹਿਲਾਂ ਦੌਰ ਸੀ ਤੇ ਪਰੋਣੇ ਘਰ ਆਉਂਦੇ ਸੀ ਪੁੱਛਦੇ ਉਹ ਪਹਿਲਾਂ ਸੀ ਪਰੋਣੇ ਆਉਂਦੇ ਆਉਂਦੇ ਸੀ ਪੁੱਛਦੇ ਸਭ ਕਿਵੇਂ ਸਭ ਠੀਕ ਹੈ ਪਹਿਲਾਂ ਸੀ ਪਰੋਣੇ ਆਉਂਦੇ ਸੀ ਪੁੱਛਦੇ ਕਿਵੇਂ ਸਭ ਠੀਕ ਹੈ ਹੁਣ ਨੇ ਪਰੋਣੇ ਆਉਂਦੇ ਹੀ ਪੁੱਛਦੇ ਉਹ ਚਾਰਜਰ ਹੈਗਾ ਜਿਹਦੀ ਅੱਗੋਂ ਪਿੰਨ ਬਰੀਕ ਹੈ ਸਮਾਂ ਬਦਲ ਗਿਆ ਹੈ ਟੈਬ ਮੋਬਾਈਲ ਜਾਂ ਕੰਪਿਊਟਰ ਪਲੇ ਸਟੇਸ਼ਨ ਆਪਣੀ ਸਮਝ ਸੇ ਬਾਹਰ ਹੈ ਜੇ ਇੰਟਰਨੈਟ ਜਨਰੇਸ਼ਨ ਰਾਤ ਕੋ ਇਨਕਾ ਦਿਨ ਚੜਤਾ ਹੈ ਸਾਰੇ ਕਾਮ ਹੈ ਉਲਟੇ ਏਕ ਬਾਤ ਕਾ ਹੈ ਰੋਨਾ ਸਟੇਟਸ ਪਹਿਲੇ ਚੈੱਕ ਕਰਨਾ ਮੂੰਹ ਹੱਥ ਬਾਅਦ ਮੇ ਧੋਨਾ ਬੇਬੇ ਕੋਲ ਬਿਠਾ ਕੇ ਬਾਪੂ ਸੈਲਫੀ ਲੈਂਦਾ ਏ ਪੋਤੇ ਨਾਲ ਜੁੜ ਜੁੜ ਬਾਪੂ ਨੈੱਟ ਚਲਾਉਂਦਾ ਏ ਉਹ ਘੜੀਆਂ ਰੇਡੀਓ ਖੋਰੇ ਕਿੱਥੇ ਡੱਕੇ ਮੋਬਾਈਲਾਂ ਨੇ
अपनी मस्ती विच मस्त बना के रखे मोबाइलां ने लोरियां मोबाइल तो सुनाण वालियां भुल जाण मामा पुत शेर होणगे ताकतां दी डोज जड़े चिट्टा दस दे खेड दे मैदान मिट्टी ढेर होणगे। एक गीत आ रहा मखण बराड़ जी ने वो गीत लिखिया बहुत और मैनू गल्लां सारियां बड़ियां पसंद है। हसैन साहब सब ऐब पछानण लोकां दे ते अपने ऐब लुकांदे आ कोई रोंदा नहीं बगानिया नू सब अपने आनू रोंदे आ धी निकले जदों गवांडी दी आखणगे पंड सी पापां दी जे अपनी किधरे उठ जावे आखणगे मर्जी जवाकां दी माड़े नू कतल करा दिंदे तकड़े लई हार परोंदे आ कोई रोंदा नहीं बगानिया नू सब अपने आनू रोंदे आ पटे होए लीड़िया विचों दी वेखणगे हाल गरीबी दा अपनी दी तुन्नी नंगी है आखणगे फैशन बीबी दा लोड़ पई तो मखण बराड़ा वे ए गधे नू बाप बनाउंदे आ कोई रोंदा नहीं बगानिया नू सब अपने आनू रोंदे आ। क्या बात है बहुत क्योंकि हुसैन साहब चंगा सुनना बड़ा औखा है सो दो गल्लां मैं होर नवीआं बोल कड़वे है सच है अज दा लगदा साध वेखणे नू दिल दा चोर जमाना है बच के रहना बाबे ओ मतलब खोर जमाना है बच के रहना मालको मतलब खोर जमाना है सच अज दा पाजी जद कम रास किसे दा आवे जरिया ना लोकां तो जावे किद्दां सिटिए अंबरों पूंजे दुनिया खड़ी सकीमां लावे वेख के डिगदे नू थले ओए लेंदा लोर जमाना ए बच के रहना बाबे ओ मतलब खोर जमाना ए हुंदियां मूंह उत्ते वड़ियाईयां करदे पिठ पिछे बुरियाईयां हुंदियां मूंह उत्ते वड़ियाईयां करदे पिठ पिछे बुरियाईयां हर कोई अपना फायदा तकदा रिश्तियां विच तरेड़ां आईयां हुण नी समां शरीफां दा आ दिलों कठोर जमाना ए बच के रहना बाबे ओ मतलब खोर जमाना है दिल दा चोर जमाना है मतलब खोर जमाना है हो ओ सिगरट पी के कच्चा विच परफ्यूम लगाई जा बड़े बड़े अच्छे सुरीले बैठे इन्हां दी जुगलबंदी होर होंदी है क्योंकि असी कोई सीधे जे सीधा गाउण वाले आ सिर्फ गल्लां बातां ही होए साडे कोल हर एक कैटागिरी होंदी है गायकी विच भी कोई रैप गाउंदा कोई कुछ गाउंदा है ना जिवें कहिंदे असी गेम खेलदे कोई क्रिकेट कोई फुटबाल कोई हेलो असी होर लाइंदे आ नहीं नहीं एक कदे फिक्र नहीं करना भी नहीं नहीं उहदा फिक्र ही नहीं बाबा जी रागां च गाउणा गरारी नाल गा लैणा जां सीधा गा लैणा जिन्ना क मेरा तजर्बा है
गुरदास मान साहब की 62 साल उम्र हो गई तो हूँ भी मैं लगता पिछे एक चक्कर पे करके नहीं बाबा जी होर ने 12 लाख चमकाया इतने गल गरारियां च गा लेना सीधा गाण की गल नहीं गल जदों तक इतों निकलूँ फिर गल अज तक किसी की भी ना बिनी जब धुरों गल इतों ढिडों निकले प्यार ना निकले इतने बहुत डुबदे भी तरदे वेखे एक बार खुल के ताड़ियाँ हलो गल्लां ते बड़ियां महां केड़े पासे चलिए सूफी चलिए जां कोई चलो इस नाल सिगरेट पी के कच्छां विच परफ्यूम लगाई जा दारू पी के मुंह विच लौंग लाचियां पाई जा ओ दाइयां कोलों जिन्ना भी तू पेट छपाई जा सच सामने आना ए तां लुकदा नहीं मित्रा चोरी यारी नशा छुपाया छुपदा नहीं मित्रा चोरी यारी नशा छुपाया ताड़ी मारिया करो अदरक शहद जवैन चंगे अणगिणत बीमारियां नू अदरक शहद जवैन चंगे अणगिणत बीमारियां नू नशा आशकी आलस दिंदे मार खिडारियां नू नशा आशकी आलस दिंदे मार खिडारियां नू चंगे उस्ताद दे चंडे पमिया सौखे टेंदे ना चंगे उस्ताद दे चंडे पमिया सौखे टेंदे ना सिंह शेर ते बाजे कदे गुलामी सेंदे ना सिंह शेर ते बाजे कदे गुलामी सेंदे ना भाजी मेरे सामने बैठे केला खा रहे हैं बाबा जी तुझे केला खा रहे हैं केले ते ओ मेला मेलिया दा यारा वेलिया दा रांझा भाइयां नूं छड फकीर बनिया हीर छड गई साथ सहेलियां दा इक दिन असां परदेसियां वी तुर जाना कुंडा मार के इना हवेलियां दा ओ मेला मेला करदी हानने मेला बड़ा चमेला कम वाले कोल फुरसत है नी मौज उड़ावे बेला सो बांदर जे होण लड़ाउणे इक विखा दिओ केला बहुत सारा सत्कार वे कोई खड़कना नोट होवे वे कोई खड़कना नोट होवे ओदे नाल की बोलना जिदे दिल विच खोट होवे क्या बात है क्या बात है मेला मेला कर दी हानने मेला बड़ा चमेला कम वाले कोल फुरसत है नी मौज उड़ावे बेला सो बंदर जे होण लड़ाउणे इक विखा दिओ केला पहला तां परहेज नहीं कीता हुण मंगदे गजरेला मिठा खा खा शुगर हो गई खाना पिया करेला ते मौजां लुट सजना ऐ चलो चली ना मेला ते मौजां लुट सजना मैं आर्मी दी नौकरी करके आया उधर दी गल दसां कहिंदे फौजी फौजी हर कोई कहिंदा की फौज दा रहना बिच्चू लड़ जाए सप सलाइया बिच मोर्चे बैण अद्धी राती लारन दिंदे सारे दिन सटेंडू रहना वे मोजा सिवल दिया नाल वाइफ दे रहना नी मोजा सिवल दिया नाल वाइफ दे रहना नी मोजा सिवल दिया धक्के खा के बंदा बनदा पोतियां वाली माई ताड़ी मार के भगत बन जांदा बाल कट के नाई हाथ वे के ब्राह्मण बनदा लड्डू बट हलवाई मामा ब्याह के मनदी मामी वीर ब्याह पर जाई चंदरी दुनिया दी ऐथे समझ किसे ना पाई चंदरी दुनिया दी कल युग दा ए बुरा जमाना गल कहां सवा मन दी जेड़ी बिच तजोरी सड़ जाए की कीमत उस धन दी जेड़ी छत नूं स्यौंक ही खा जाए की बुनियाद उस खण दी ते जेड़े बंदे दी कब्बी जनानी ओदी सेहत नी बन दी बे वीरा तू ता मेरे ही मरगा वीरा तू तो पतला हा जिया एक गेड़ा ला दे यार क्या बात नहीं होना आ दा यार नहीं 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 भाई ताड़ियां मारो एक बारी बाबा जी यार हाथ दा मला जा ओ हाथ मला जा भाई मैं गबरू पुत पंजाब दा मेरे कानिया वर्गे पट
मैं गबरू पुत पंजाब दा मेरे कानिया वर्गे पट दुद्ध क्यों नू हाथ ना लावा चा वाले कड्डा वट। थैंक यू सो मच जी।